ਸਤਿ ਸ਼੍ਰੀ ਅਕਾਲ ਪ੍ਰਾਈਮ ਮੀਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਪ੍ਰੋਗਰਾਮ ਹੈ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇਸ ਦੁਨੀਆ ਦੀਆਂ ਅਹਿਮ ਖਬਰਾਂ ਤੇ ਚਰਚਾ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪੰਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਕੁਲਦੀਪ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਮਸਲਾ ਅਜੇ ਸੁਲਝਿਆ ਵੀ ਨਹੀਂ ਸੀ ਤੇ ਹੁਣ ਵਿਰਸਾ ਸਿੰਘ ਬਲਟੋਹਾ ਨੇ ਇੱਕ ਨਵਾਂ ਪਵਾੜਾ ਪਵਾਤਾ ਕੀ ਹੈ ਜੀ ਪੂਰਾ ਮਾਮਲਾ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਸੁਖਬੀਰ ਸਿੰਘ ਵਾਲਾ ਮਾਮਲਾ ਉਹਦੇ ਖਿਲਾਫ ਜਿਹੜਾ ਅਕਾਲ ਤੱਕ ਸਭ ਤੋਂ ਹੁਕਮ ਹੋਇਆ ਕਿ ਉਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਉਸ ਹੁਕਮ ਦੇ ਨਾਲ ਇੱਕ ਵਿਵਾਦ ਛੜਿਆ ਪਿਆ ਕਿ ਅੱਜ ਤੱਕ ਜਿਹਦੇ ਖਿਲਾਫ ਵੀ ਇਹੋ ਜਿਹਾ ਹੁਕਮ ਕੀਤਾ ਗਿਆ ਉਸ ਹੁਕਮ ਵਿੱਚ ਇੱਕ ਖਾਸ ਕਿਸਮ ਦੀ ਸ਼ਬਦਾਵਲੀ ਹੁੰਦੀ ਸੀ ਕਿ ਇਹ ਬੰਦਾ ਜਦ ਤੱਕ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਸ ਗੁਨਾਹ ਤੋਂ ਸੁਰਖਰੋ ਨਹੀਂ ਹੋ ਜਾਂਦਾ ਉਨਾਂ ਚਿਰ ਤੱਕ ਇਸ ਸੰਗਤ ਵਿੱਚ ਨਹੀਂ ਜਾਵੇਗਾ ਕੁਝ ਹਦਾਇਤਾਂ ਕੀਤੀਆਂ ਜਾਂਦੀਆਂ ਸਨ ਅੱਜ ਤੱਕ ਕਿਸੇ ਨੂੰ ਇਹ ਪਤਾ ਨਹੀਂ ਕਿ ਇਹਨੂੰ ਤਨਖਾਹਿਆ ਕਰਾਰ ਦੇਣ ਲੱਗਿਆਂ ਉਹ ਹਦਾਇਤਾਂ ਕੀਤੀਆਂ ਕਿ ਨਹੀਂ ਕੀਤੀਆਂ ਉਹਦਾ ਕਾਰਨ ਇਹ ਹੈ ਕਿ ਅੱਗੇ ਹਰ ਵਾਰੀ ਇਹੋ ਜਿਹਾ ਹੁਕਮ ਕਰਨ ਲੱਗਿਆਂ ਉਸ ਹੁਕਮ ਦੀ ਚਿੱਠੀ ਜੜੀ ਆ ਜਿਹੜਾ ਮਤਾ ਪਾਸ ਕੀਤਾ ਹੁੰਦਾ ਸੀ ਉਹ ਬਾਅਦ ਸੰਗਤ ਨੂੰ ਦੇ ਦਿੱਤਾ ਜਾਂਦਾ ਸੀ ਪੱਤਰਕਾਰਾਂ ਨੂੰ ਦੇ ਦਿੱਤਾ ਜਾਂਦਾ ਸੀ ਐਸ ਵਾਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕੱਤਰੇਤ ਨੇ ਉਹ ਚਿੱਠੀ ਅੱਜ ਤੱਕ ਜਾਰੀ ਨਹੀਂ ਕੀਤੀ ਕਿਸੇ ਨੂੰ ਪਤਾ ਹੀ ਨਹੀਂ ਕਿ ਦੋ ਲਾਈਨਾਂ ਤੇ ਜਥੇਦਾਰ ਸਾਹਿਬ ਪੜ ਗਏ ਉਹਦੇ ਤੋਂ ਬਿਨਾ ਬਾਕੀ ਉਹ ਚ ਕੀ ਲਿਖਿਆ ਕੁਝ ਲਿਖਿਆ ਵੀ ਹੈ ਕਿ ਨਹੀਂ ਲਿਖਿਆ ਇੰਨੀ ਚੁੱਪ ਕਿਉਂ ਰੱਖੀ ਕਿ ਇਹਦੇ ਨਾਲ ਪੋਜੀਸ਼ਨ ਤਾਂ ਜਥੇਦਾਰ ਸਾਹਿਬ ਦੀ ਪਹਿਲਾਂ ਵੀ ਕੋ ਬਹੁਤ ਹੀ ਵਧੀਆ ਨਹੀਂ ਉਦੇ ਤੋਂ ਇਲਾਵਾ ਇਹ ਇੱਕ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਲੋਕ ਪੁੱਛਦੇ ਆ ਕਿ ਤੁਸੀਂ ਜਿਹਦਾ ਸਭ ਕੁਝ ਚੁੱਪ ਤਾਂ ਤੋੜੋ ਮਿਸਾਲ ਦੇ ਤੌਰ ਤੇ ਸੱਚੇ ਸੌਦੇ ਬੜੇ ਰਾਮ ਰਹੀਮ ਨੂੰ ਬਿਨਾਂ ਮੰਗੀ ਮੁਆਫੀ ਦਿੱਤੀ ਗਈ ਉਹ ਮੁਆਫੀ ਦਿਵਾਉਣ ਵਾਸਤੇ ਉਹਦੇ ਨਾਲ ਸੰਬੰਧ ਰੱਖਣ ਵਾਸਤੇ ਸੁਖਵੀਰ ਸਿੰਘ ਬਾਦਲ ਤੇ ਉਹਦੇ ਸਾਥੀਆਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਰਬ ਕਰ ਲਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀ ਇਕਰਾਰ ਦੇ ਦਿੱਤਾ ਪਰ ਇਹਦੇ ਤੋਂ ਅੱਗੇ ਵਧ ਕੇ ਜਿਹੜੇ ਜਥੇਦਾਰ ਸਾਹਿਬ ਨੇ ਉਦੋਂ ਆਪਣੀ ਜਥੇਦਾਰੀ ਦੀ ਪੋਜੀਸ਼ਨ ਦਾ ਮਾਣ ਰੱਖਣ ਦੀ ਥਾਂ ਉਹਨੇ ਤੇ ਉਹਦੇ ਨਾਲ ਦੇ ਚਾਰ ਸਿੰਘ ਸਹਿਬਾਨ ਨੇ ਇਹਨਾਂ ਦੇ ਘਰ ਜਾ ਕੇ ਬਾਦਲਾਂ ਦੇ ਇਹਨਾਂ ਦੇ ਪਿਓ ਪੁੱਤ ਦੇ ਕੋਲ ਬੈਠ ਕੇ ਇਹਨਾਂ ਦੀਆਂ ਝਿੜਕਾਂ ਖਾ ਕੇ ਹਿੰਦੀ ਚ ਲਿਖੇ ਚਿੱਠੀ ਲਿਆ ਕੇ ਤੇ ਉਹਨੂੰ ਪੰਜਾਬੀ ਚ ਆਪਣੇ ਕੰਪਿਊਟਰ ਤੇ ਐਡਿਟ ਕਰਕੇ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਤੇ ਐਡਿਟ ਕਰਕੇ ਤੇ ਉਹਨੂੰ ਬਿਨਾਂ ਮੰਗੀ ਮਾਫੀ ਦਿੱਤੀ ਉਹਨਾਂ ਸਾਰੇ ਸਿੰਘ ਸਹਿਬਾਨ ਬਰੇ ਅਕਾਲ ਤਖਸਾਬ ਦੇ ਜਥੇਦਾਰ ਚੁੱਪ ਕਿਉਂ ਕਿਉਂ ਨਹੀਂ ਇਹ ਦੱਸਦੇ ਉਹ ਜਥੇਦਾਰ ਨੇ ਜਥੇਦਾਰੀ ਦੀ ਪੋਜੀਸ਼ਨ ਜਿਹੜੀ ਅੱਜ ਤੱਕ ਸਾਰੀ ਦੁਨੀਆ ਦੇ ਸਿੱਖਾਂ ਵਿੱਚ ਸਰਬੋਤਮ ਮੰਨੀ ਜਾਂਦੀ ਸੀ ਉਸ ਪੋਜੀਸ਼ਨ ਨੂੰ ਇੰਨਾ ਵੱਡਾ ਤੱਕਾ ਲਾਇਆ ਇੰਨਾ ਝਾ ਲਾਈ ਜਿਹੜੇ ਹਰ ਕੋਈ ਮੰਨਦਾ ਹੁਣ ਦੂਜਾ ਸਵਾਲ ਆ ਜਾਂਦਾ ਕਿ ਬਾਦਲਾਂ ਦਾ ਅਕਾਲ ਤਖਸਾਬ ਵੱਲ ਵਿਹਾਰ ਕੀ ਆ ਜਿਹੜੇ ਵੱਡੇ ਬਾਦਲ ਸਾਹਿਬ ਨੂੰ ਇਥੋਂ ਪੰਥ ਰਤਨ ਤੇ ਫਖਰੇ ਕੌਮ ਦੇ ਅਵਾਰਡ ਦਿੱਤੇ ਗਏ ਅੰਦਰ ਖਾਤਿਓ ਕਿੱਥੇ ਕਿੱਥੇ ਜਾ ਕੇ ਕੀ ਕੀ ਬੰਦਾ ਢਾਲ ਲਾਉਂਦਾ ਰਿਹਾ ਹੁਣ ਤੇ ਗੱਲਾਂ ਲੁਕੀਆਂ ਕੋਈ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਜੇ ਤੱਕ ਸਿੰਘ ਸਾਹਿਬਾਨ ਨੇ ਉਹਦੇ ਬਾਰੇ ਚੁੱਪ ਨਹੀਂ ਥੋੜੀ ਕਿ ਉਸ ਬੰਦੇ ਦਾ ਉਹਨੂੰ ਜਿਹੜਾ ਉਹ ਅਵਾਰਡ ਦਿੱਤਾ ਗਿਆ ਕਿਹੜੀ ਗੱਲ ਇਹ ਦਿੱਤਾ ਗਿਆ ਇਹ ਤਾਂ ਸਾਫ ਜਾਹਰ ਹੋਣ ਰਿਹਾ ਕਿ ਸਾਰੇ ਪਵਾੜੇ ਪੌਣ ਚ ਸਿੱਖੀ ਨੂੰ ਉਲਝਣ ਚ ਬਸਾਉਣ ਚ ਉਹਦਾ ਬਹੁਤ ਵੱਡਾ ਰੋਲ ਸੀ ਜਿੰਨੀਆਂ ਗੱਲਾਂ ਸਾਹਮਣੇ ਆ ਰਹੀਆਂ ਉਹ ਦਿਨੋਂ ਆਜ਼ਾਦੀਆਂ ਅਣਲਿਖੀਆਂ ਗੱਲਾਂ ਅਜੇ ਜਿਹੜੀਆਂ ਸਾਹਮਣੇ ਨਹੀਂ ਆਈਆਂ ਉਹ ਨੇ ਪਰ ਉਹ ਕਿਸੇ ਵਕਤ ਵੀ ਆ ਸਕਦੀਆਂ ਤੇ ਲੋਕ ਮੰਗ ਕਰਦੇ ਆ ਕਿ ਉਹਦਾ ਫਕਰੇ ਕੌਮ ਤੇ ਪੰਥਰਤਨ ਦਾ ਖਿਤਾਬ ਵਾਪਸ ਲਿਆ ਜਾਵੇ ਇਹ ਤੇ ਸਿੰਘ ਸਾਹਿਬ ਬੋਲਦੇ ਕਿਉਂ ਨਹੀਂ ਉਦੋਂ ਅਗਲੀ ਗੱਲ ਏ ਕਿ ਜਦੋਂ 1994 ਚ ਬਾਕੀ ਸਾਰੇ ਅਕਾਲੀ ਲੀਡਰਾਂ ਨੇ ਕਹਿਤਾ ਕਿ ਅਸੀਂ ਇਹ ਕਾਲ ਤੱਕ ਸਭ ਦੇ ਜਥੇਦਾਰ ਦੇ ਆਖਿਆ ਮੰਨਣ ਨੂੰ ਤਿਆਰ ਹਾਂ ਇਕੱਠੇ ਹੋਣ ਨੂੰ ਤਿਆਰ ਹਾਂ ਇੱਕੋ ਇੱਕ ਪ੍ਰਕਾਸ਼ ਸਿੰਘ ਬਾਦਲ ਸਿੰਘ ਜਿਨੇ ਆਖਿਆ ਨੇਜੀ ਇਹ ਤਾਂ ਜਨਤਾ ਫੈਸਲਾ ਕਰੂਗੀ ਅਸੀਂ ਇਕੱਠੇ ਹੋਣਾ ਕਿੰਨੇ ਹੋਣਾ ਉਦੋਂ ਤੋਂ ਲੈ ਕੇ ਅਵੱਗਿਆ ਦਾ ਦੌਰ جاری ਹੈ ਹੁਣ ਗੱਲ ਆ ਗਈ ਆ ਵਿਰਸਾ ਸਿੰਘ ਬਟੋਏ ਦੀ ਇਹ ਤੇ ਹਰ ਇੱਕ ਦੇ ਨਾਲ ਹੀ ਬਦਕਲਾਮੀ ਕਰਨੋਂ ਤਿਆਰ ਰਹਿੰਦਾ ਆ ਪਿਛਲੇ ਜਹੇਦਾਰ ਸਾਹਿਬ ਦੇ ਨਾਲ ਵੀ ਕੋਈ ਥੋੜੇ ਬਹੁਤੀ ਚਰਚਰ ਦੀ ਆਵਾਜ਼ ਸੁਣੀ ਸੀ ਲੋਕਾਂ ਨੇ ਹੁਣ ਇਹ ਨੇ ਮੌਜੂਦਾ ਜਹੇਦਾਰ ਸਾਹਿਬ ਬਾਰੇ ਇਹ ਕਹਿਤਾ ਕਿ ਉਹ ਕਹਿੰਦੇ ਮੇਰੇ ਉੱਤੇ ਫਲਾਣੇ ਫਲਾਣੇ ਦਾ ਦਬਾਅ ਜਹੇਦਾਰ ਸਾਹਿਬ ਨੇ ਕਹਿਤਾ ਕਿ 15 ਤਰੀਕ ਨੂੰ ਆ ਕੇ ਪੇਸ਼ ਹੋ 10 ਤਰੀਕ ਨੂੰ ਕਿਸ ਬੋਤ ਤੋ ਕਿਦਾਂ ਤੂੰ ਇੱਕ ਲਫ਼ਜ਼ ਵਰਤਿਆ ਕਿ ਜਿਹੜੇ ਕਰਦਾਰ ਕਸ਼ੀ ਕਰ ਰਿਹਾ ਤੂੰ ਜੱਜੇਦਾਰ ਸਾਹਿਬ ਦੀ ਕਰਦਾਰ ਕਸ਼ੀ ਅੰਗਰੇਜ਼ੀ ਚ ਤਹੋ ਜਿਆ ਕਰੈਕਟਰ ਅਸੈਸੀਨੇਸ਼ਨ ਕਿ ਤੂੰ ਉਹਨਾਂ ਦੇ ਨਿੱਜ ਦੇ ਉੱਤੇ ਇਹੋ ਜਿਹੀ ਗੱਲ ਕਹਿ ਕੇ ਊਜ ਲਾ ਕੇ ਤੇ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਇਹ ਤੈਨੂੰ ਕਿਦਾਂ ਮਾਫ਼ ਕੀਤੀ ਜਾ ਸਕਦੀ ਉਹਦੇ ਬਾਅਦ ਉਹਦਾ ਅਸਰੇ ਬਿਆਨ ਆ ਗਿਆ ਕਿ ਅਸੀਂ 2 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਗਏ ਉੱਥੇ ਕੁਝ ਹੋਰ ਲੋਕ ਵੀ ਸੀ ਤੇ ਸਿੰਘ ਸਾਹਿਬ ਨੇ ਆਪ ਹੀ ਉਹਦੋਂ ਇਹ ਗੱਲ ਦੱਸੀ ਸੀ ਹੁਣ ਸਵਾਲ ਇਹ ਆ ਕਿ ਕੀ ਵਿਰਸਾ ਸਿੰਘ ਵਲਟੋਆ ਇਸ ਗੱਲ ਦਾ ਕੋਈ ਸਬੂਤ ਪੇਸ਼ ਕਰੂਗਾ ਕਿ ਸਿੰਘ ਸਾਹਿਬ ਨੇ ਗੱਲ ਦੱਸੀ ਸੀ ਜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਇਹੋ ਜੀ ਗੱਲ ਦੱਸੀ ਹੋਵੇ ਜੇ ਕੱਲ ਨੂੰ ਵਿਰਸਾ ਸਿੰਘ ਵਲਟੋਆ ਕੋਈ ਇਲੈਕਟ੍ਰੋਨਿਕ ਸਬੂਤ ਇਹੋ ਜਿਹਾ ਪੇਸ਼ ਕਰ ਦੇਵੇ ਫਿਰ ਕੀ ਬਣੇਗਾ ਕਿ ਸਿੰਘ ਸਾਹਿਬ ਜਦੋਂ ਉਹਨਾਂ ਨੂੰ ਪਤਾ ਕਿ ਇਹੋ ਜਿਹਾ ਨਾਜ਼ੁਕ ਮਸਲਾ ਅਕਾਲ ਤਖਤ ਸਾਹਿਬ ਤੇ ਪੇਸ਼ ਹੈ ਜਿਹੜਾ ਸਿੰਘ ਸਹਿਬਾਨ ਨੇ ਪੰਜਾਂ ਨੇ ਫੈਸਲਾ ਕਰਨਾ ਉਸ ਮਸਲੇ ਬਾਰੇ ਸਖਵੀਰ ਸਿੰਘ ਬਾਦਲ ਦੀ ਟੀਮ ਦੇ ਮੈਂਬਰਾਂ ਨੂੰ ਆਪਣੇ ਘਰ ਸਦਕੇ ਜਾਂ ਆਪਣੇ ਕੋਲ ਨਿੱਜੀ ਤੌਰ ਤੇ ਸਦਕੇ ਇਹ ਗੱਲਾਂ ਉਹਨਾਂ ਦੇ ਨਾਲ ਵਿਚਾਰਦੇ ਕਿਉਂ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੰਦੇ ਜਿੱਥੇ ਜਾਣ ਕਿਸੇ ਵਕਤ ਵੀ ਇਦਾਂ ਦੀ ਗੱਲ ਨੂੰ ਕਹੀ ਹੋਈ ਨੂੰ ਜਿਹੜੀਆਂ ਆਪੋ ਚ ਗੱਲਾਂ ਕੀਤੀਆਂ ਉਹ ਵਰਤਲੈਂਡ ਦੇ ਆਦੀ ਨੇ ਲਾਹੌਰੀਆਂ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਸੱਜਣ ਬਾਹ ਫੜਾਵੇ ਤੇ ਚੱਬ ਨਹੀਂ ਜਾਈਦੀ ਉਹਦਾ ਮਤਲਬ ਹੈ ਕਿ ਕਿਸੇ ਨੇ ਪਰਦੇ ਨਾਲ ਕੋਈ ਗੱਲ ਕੀਤੀ ਹੋਵੇ ਤੇ ਬਾਹਰ ਨਹੀਂ ਦੱਸੀਦੀ ਤੇ ਵਰਸਾ ਸਿੰਘ ਮਟੋਆ ਤੇ ਲੋਰ ਗਿਆ ਕਿਉਂਕਿ ਇਹਨਾਂ ਦੇ ਉਹ ਪਿੰਡ ਨੇ ਜਿਹੜੇ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਲਾਹੌਰ 'ਚ ਹੁੰਦੇ ਸੀ ਤੇ ਇਹਨਾਂ ਸਾਰਿਆਂ ਨੂੰ ਆਮ ਬੋਲੀ 'ਚ ਲਾਹੌਰੀਏ ਕਿਹਾ ਜਾਂਦਾ ਉਹ ਜਿਹੜੇ ਆਮ ਬੋਲੀ 'ਚ ਲਾਹੌਰੀਏ ਉਹ ਤੇ ਇਹੋ ਜਿਹੇ ਵਾਦੇ ਦੀ ਬਹੁਤ ਪਾਲਣਾ ਕਰਦੇ ਗੱਲਬਾਤ ਕੱਢਦੇ ਨਹੀਂ ਜੇ ਸਿੰਘ ਸਾਹਿਬ ਨੇ ਕਹਿ ਵੀ ਦਿੱਤੀ ਤੇ ਇਹਨੇ ਬਾਹਰ ਕਿਉਂ ਕੀਤੀ ਹੁਣ ਕਿ ਮੈਨੂੰ ਤੇ ਇਹਨਾਂ ਦੇ ਕੋਲ ਬੈਠੇ ਸਜ ਇਹਨਾਂ ਨੇ ਆਪ ਆਖੀ ਇਹਦੇ ਨਾਲੇ ਰਫੜ ਹੋਰ ਵੱਧ ਗਿਆ ਇਹਦੇ 'ਚ ਵਰਸਾ ਸਿੰਘ ਮਟੋਏ ਦਾ ਕੁਝ ਵਿਗੜੇ ਨਾ ਵਿਗੜੇ ਸੁਖਬੀਰ ਸਿੰਘ ਬਾਦਲ ਦੇ ਤਿਲਕ ਕੇ ਨਿਕਲਣ ਦੇ ਚਾਂਦ ਸੋਨੇ ਹੋਰ ਖਰਾਬ ਕਰ ਦਿੱਤੇ ਆ ਜਿਹਦੇ ਕੋਲ ਇਹੋ ਜਿਹੇ ਮਿੱਤਰ ਹੋਣ ਉਹਨੂੰ ਦੁਸ਼ਮਣਾਂ ਦੀ ਕੀ ਲੋੜ ਰਹਿ ਜਾਂਦੀ ਆ ਸੁਖਬੀਰ ਸਿੰਘ ਬਾਦਲ ਨੂੰ ਇਹੋ ਜਿਹੇ ਮਿੱਤਰ ਪਤਾ ਨਹੀਂ ਕਿੱਥੋਂ ਤੱਕ ਪਹੁੰਚਾਉਣਗੇ ਉਦਾਂ ਕਹਿੰਦੇ ਆ ਕਿ ਉਹਦੇ ਕੋਲ ਇੱਕ ਦੋ ਨਹੀਂ ਇਹੋ ਜਿਹੇ ਵਾਵਾ ਜਾਦੇ ਆ ਸੁਖਨਾ ਚੰਗੀ ਦਾਤ ਪਖਸ਼ੀ ਈਸ਼ਵਰ ਨੇ ਉਹ ਇਹੋ ਜਿਹੇ ਮਿੱਤਰਾਂ ਦੀ ਜੀ ਬਿਲਕੁਲ ਠੀਕ ਮਨ ਸਾਹਿਬ ਮਨ ਸਾਹਿਬ ਹੁਣ ਗੱਲ ਗਿੱਦੜਬਾਹਾ ਜ਼ਿਮਨੀ ਚੋਣ ਦੀ ਕਰਨੀ ਹੈ ਗਿੱਦੜਬਾਹਾ ਜ਼ਿਮਨੀ ਚੋਣ ਦੇ ਲਈ ਮੈਦਾਨ ਭਰ ਚੁੱਕਿਆ ਹੈ ਇਸ ਭਰੇ ਮੈਦਾਨ ਦੇ ਵਿੱਚ ਕਿਹੜੀਆਂ-ਕਿਹੜੀਆਂ ਧਿਰਾਂ ਨੇ ਤੇ ਅੱਗੇ ਬਣੇਗਾ ਕੀ ਜੀ ਇੱਕ ਧਿਰ ਤਾਂ ਉੱਥੇ ਹੈਗੇ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ ਤੇ ਲੁਧਿਆਣੇ ਤੋਂ ਚੋਣ ਲੜ ਕੇ ਪਾਰਲੀਮੈਂਟ ਮੈਂਬਰ ਬਣ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਜਿਹੜਾ ਰਾਜਾ ਵੜਿੰਗ ਹੈ ਉਹ ਆਪਣੀ ਪਤਨੀ ਨੂੰ ਕਹਿੰਦੇ ਉੱਥੋਂ ਚੋਣ ਲੜਾਵੇਗਾ ਤੇ ਕਾਂਗਰਸ ਵਿੱਚ ਆਉਂਦੀ ਆ ਵਿਕਾਰ ਦਾ ਸਵਾਲ ਆ ਉਹਦੀ ਪਤਨੀ ਉੱਥੇ ਚੋਣ ਲੜੇ ਦੂਸਰੀ ਧਿਰ ਦੇ ਤੌਰ ਤੇ ਭਾਜਪਾ ਦੇ ਆਗੂ ਦੇ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਉੱਤੇ ਜਲਸੇ ਕਰਨ ਜਾ ਚੁੱਕਾ ਪਹਿਲਾ ਜਲਸਾ ਇਹ ਰਲੀਆਂ ਕਰਦੇ ਸੀ ਸੁਖਬੀਰ ਸਿੰਘ ਬਾਦਲ ਤੇ ਹਰਦੀਪ ਸਿੰਘ ਡਿੰਪੀ ਤੇ ਅਕਾਲੀਆਂ ਦਾ ਇਕੱਠ ਹੁੰਦਾ ਸੀ ਤੇ ਇਹ ਵਿੱਚ ਜਾ ਕੇ ਬਿਨਾਂ ਕਿਸੇ ਝੰਡੇ ਤੋਂ ਭਾਜਪਾ ਦਾ ਨਾਂ ਲੈ ਵਗੈਰ ਕੰਦਾ ਇਹ ਚੋਣ ਤੇ ਆਪਾਂ ਲੜਦੀਆਂ ਤੇ ਜਦੋਂ ਡਿੰਪੀ ਨੂੰ ਪਤਾ ਲੱਗਾ ਕਿ ਦੋਵੇਂ ਭਰਾ ਰਲ ਗਏ ਆ ਤੇ ਇਹਨਾਂ ਨੇ ਅਕਾਲੀ ਦਲ ਵੱਲੋਂ ਉਹਨੂੰ ਚੋਣ ਡਣੋਣੀ ਆ ਉਹ ਛੱਡ ਕੇ ਆਮ ਆਦਮੀ ਪਾਰਟੀ ਚ ਲੱਗ ਗਿਆ ਹੁਣ ਮਨਪ੍ਰੀਤ ਸਿੰਘ ਬਾਦਲ ਉੱਥੋਂ ਪੈਰ ਪਿੱਛੇ ਵੀ ਨਹੀਂ ਖਿੱਚ ਸਕਦਾ ਅਕਾਲੀ ਦਲ ਦੀ ਮਦਦ ਵੀ ਲਵੇ ਤੇ ਉਹ ਡਿੰਪੀ ਦੀ ਗੱਲ ਠੀਕ ਹੁੰਦੀ ਆ ਬੜੀ ਬੁਰੀ ਤਰ੍ਹਾਂ ਫਸ ਗਿਆ ਚਲੋ ਅੱਗੇ ਤਿੰਨ ਚਾਰ ਵਾਰ ਹਾਰਿਆ ਇੱਕ ਵਾਰ ਹੋਰ ਸੇ ਉਹ ਦੂਜਿਆਂ ਨੂੰ ਗਿੱਦੜ ਦੱਸਦਾ ਹੁਣ ਜੇ ਭੱਜੇਗਾ ਤੇ ਉਹਦੇ ਤੇ ਆਪਣੇ ਉੱਤੇ ਇਹੋ ਦੋਸ਼ ਲੱਗੇਗਾ ਇੱਕ ਸੁਖਵੀਰ ਸਿੰਘ ਬਾਦਲ ਨੇ ਉੱਥੇ ਜਿੱਦਾਂ ਪਿਛਲੇ ਦਿਨਾਂ ਚ ਰੈਲੀਆਂ ਕਰਾਈਆਂ ਲੋਕੀ ਕਹਿੰਦੇ ਜਿਹੜੇ ਸਰਵਾਈਵਲ ਦਾ ਰਾਜਨੀਤੀ ਚ ਉਹਦੇ ਦੁਬਾਰਾ ਉਭਾਰ ਦਾ ਇੱਕੋ ਰਾ ਰਹਿ ਗਿਆ ਕਿ ਗਿੱਦੜਬੈਦ ਜੋ ਚੋਂ ਲੜੇ ਕਈ ਸਾਲਾਂ ਤੱਕ ਇਹ ਹਲਕਾ ਰਹੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਾਦਚੁਰ ਨੇ ਆਪ ਹੀ ਆਪਣੇ ਭਤੀਜੇ ਨੂੰ ਦਿੱਤਾ ਸੀ ਮਨਪ੍ਰੀਤ ਸਿੰਘ ਬਾਦਲ ਨੂੰ ਜਦੋਂ ਭਤੀਜਾ ਬਾਗੀ ਹੋ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਜੱਤੀ ਰਹੀ ਲਗਾਤਾਰ ਤਿੰਨ ਵਾਰੀਆਂ ਬਾਦਲ ਪਰਿਵਾਰ ਦੇ ਪੈਰ ਉਖੜ ਚੁੱਕੇ ਆ ਜੇ ਸੁਖਵੀਰ ਸਿੰਘ ਬਾਦਲ ਨੇ ਦੁਬਾਰਾ ਉੱਠਣਾ ਤੇ ਉਹਨੂੰ ਉੱਥੋਂ ਚੋਣ ਲੜਨੀ ਪਵੇਗੀ ਇਹ ਤਿੰਨ ਤਰ੍ਹਾਂ ਨੇ ਚੌਥੀ ਆ ਜਾਂਦੀ ਆ ਆਮ ਆਦਮੀ ਪਾਰਟੀ ਉਹ ਉੱਥੋਂ ਹਰਦੀਪ ਸਿੰਘ ਡਿੰਪੀ ਨੂੰ ਟਿਕਟ ਦਿੰਦੇ ਆ ਕਿ ਹੋਰ ਕਿਸੇ ਨੂੰ ਦਿੰਦੇ ਅਜੇ ਪਤਾ ਕੋਈ ਨਹੀਂ ਆਮ ਆਦਮੀ ਪਾਰਟੀ ਅਜੇ ਤੱਕ ਇਸ ਮਸਲੇ ਤੇ ਚੁੱਪਿਆ ਸਮਝਿਆ ਹੋ ਜਾਂਦਾ ਕਿ ਇਹਨਾਂ ਦੇ ਪੁਰਾਣੇ ਮਿੱਤਰ ਨੂੰ ਇਹਨਾਂ ਦੇ ਮੱਥੇ ਮਾਰਨਗੇ ਆਮੋ ਸਾਹਮਣਾ ਢੇਡ ਵੇਖਣਗੇ ਇਸ ਟਕਰਾਅ ਦੇ ਵਿੱਚ ਜਦੋਂ ਸਾਰੀਆਂ ਤਰ੍ਹਾਂ ਲੱਗੀਆਂ ਹੋਈਆਂ ਨਾਲ ਇੱਧਰ ਸੁਖਬੀਰ ਸਿੰਘ ਬਾਦਲ ਦੇ ਅਕਾਲ ਤਖਤ ਤੇ ਪੇਸ਼ੀ ਜਿਹੜੀ ਚੱਲਦੀ ਪਈ ਆ ਉਹਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਇਹੋ ਜੀ ਸਥਿਤੀ ਵਿੱਚ ਉਹ ਜਾ ਕੇ ਲੋਕਾਂ ਦੇ ਇਕੱਠ ਵਿੱਚ ਇਹ ਬੋਲ ਸਕਦਾ ਕਿ ਨਹੀਂ ਬੋਲ ਸਕਦਾ ਇਦਾਂ ਦੀਆਂ ਰੈਲੀਆਂ ਦੇ ਵਿੱਚ ਜਾ ਸਕਦਾ ਕਿ ਨਹੀਂ ਜਾ ਸਕਦਾ ਉਹਦੀਆਂ ਰੈਲੀਆਂ ਦੇ ਵਿੱਚ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੋਈ ਹੋਰ ਲੋਕ ਆ ਸਕਦੇ ਕਿ ਨਹੀਂ ਇਹ ਵੀ ਰਪੈਤ ਅਕਾਲੀ ਦਲ ਚ ਹਰ ਇੱਕ ਗੱਲ ਵਾਸਤੇ ਅਰਦਾਸ ਕਰਾਉਣੇ ਅਰਦਾਸ ਕਰਨ ਵਾਸਤੇ ਕੋਈ ਗ੍ਰੰਥੀ ਸਿੰਘ ਕੋਈ ਸਿੰਘ ਸਹਿਬਾਨ ਜਾ ਸਕਦੇ ਕਿ ਨਹੀਂ ਤੇ ਜੇ ਜਾਂਦੇ ਆ ਤੇ ਕੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵਗਿਆ ਕਰਨਗੇ ਜਿਹੜੇ ਲੋਕ ਉਹਦੇ ਨਾਲ ਜਾ ਕੇ ਨਾਮਿਨੇਸ਼ਨਾਂ ਭਰਨਗੇ ਜਿਹੜੇ ਉਹਦੇ ਵਾਸਤੇ ਤੁਰੇ ਫਿਰਨਗੇ ਉਹਨਾਂ ਸਾਰਿਆਂ ਦਾ ਕੀ ਬਣੇਗਾ ਇਹ ਵੀ ਇੱਕ ਚਰਚਾ ਚੱਲੀ ਜਾਂਦੀ ਹੈ ਇਹ ਹੋ ਸਕਦਾ ਉਹ ਤੋਂ ਪਹਿਲਾਂ ਪਹਿਲਾਂ ਇਹ ਮਸਲਾ ਕਾਲ ਤੱਕ ਸਭ ਤੋਂ ਕਿਸੇ ਤਰੀਕੇ ਨਿਬਟਾਲਿਆ ਜਾਵੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਲਵਾ ਕੇ ਤੇ ਉਹ ਮਾਮਲਾ ਕਿਸੇ ਤਰੀਕੇ ਲਾਤਾ ਜਾਵੇ ਪਰ ਇਹ ਲੱਗ ਸਕਦਾ ਕਿ ਨਹੀਂ ਲੱਗ ਸਕਦਾ ਆ ਵਿਰਸਾ ਸਿੰਘ ਬਲਟੋਏ ਨੇ ਜਿਹੜਾ ਨਵਾਂ ਕਮਸਾਨ ਪਾਤਾ ਇਹਦੇ ਨਾਲ ਤੇ ਗੱਲ ਹੋਰ ਵਿਗੜ ਚੁੱਕੀ ਆ ਹੁਣ ਹੋਰ ਜੋ ਮਰਜ਼ੀ ਹੋਵੇ ਜਿਹੜੀ ਗੱਜਰਬਾਹ ਦੀ ਚੋਣ ਆ ਉਹਦੇ ਵਿੱਚ ਲੋਕਾਂ ਦੇ ਦਿਲਚਸਪੀ ਇੰਨੀ ਜਾਗ ਚੁੱਕੀ ਆ ਜਿੰਨੇ ਪਿਛਲੇ 50 60 ਸਾਲਾਂ ਚ ਕਦੇ ਨਹੀਂ ਸੀ ਮੇਰਾ ਖਿਆਲ ਹੈ ਕਿ ਇਸ ਵਾਰੀ ਗਿੱਦੜਵਾਹ ਸਾਡੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸਾਬਤ ਹੋ ਸਕਦਾ ਵਡਿੱਕਣਾ ਚਾਹੀਦਾ ਕਿ ਕੀ ਹੋਵੇਗਾ ਅਜੇ 24 ਉਮੀਦਵਾਰਾਂ ਦੀ ਮੈਂ ਗੱਲ ਕੀਤੀ ਆ ਕੀ ਪਤਾ 14 ਕੋ ਹੋਰ ਨਹੀਂ ਆ ਜਾਣੇ ਜੀ ਪੰਨੂ ਸਾਹਿਬ ਮਲਿਕ ਅਰਜੁਨ ਖੜਗੇ ਹੋਰਾਂ ਦੇ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਸੀ ਤੇ ਹੁਣ ਉਹਨਾਂ ਨੇ ਉਹ ਵਾਪਸ ਕਰ ਦਿੱਤੀ ਹੈ ਜ਼ਮੀਨ ਵਾਪਸ ਕਰਨ ਦਾ ਕੀ ਚੱਕਰ ਹੈ ਜੀ ਤੁਹਾਨੂੰ ਇਹ ਪਤਾ ਕਿ ਕਰਨਾਟਕ ਦੇ ਮੁੱਖ ਮੰਤਰੀ ਸਿddarmayya ਉਹਦੀ ਪਤਨੀ ਨੂੰ ਪਰਿਵਾਰ ਦੇ ਕੁਝ ਲੋਕਾਂ ਨੂੰ ਕੁਝ ਜ਼ਮੀਨਾਂ ਅਲਾਟ ਹੋਈ ਸੀ ਜਿਹੜੇ ਪਲਾਟ ਅਲਾਟ ਹੋਏ ਸੀ ਉਹਨਾਂ ਦਾ ਰੇੜਕਾ ਪੈ ਗਿਆ ਤੇ ਉੱਥੇ ਲੋਕਪਾਲ ਨਹੀਂ ਹੁੰਦਾ ਕਰਨਾਟਕ ਦੇ ਵਿੱਚ ਉੱਥੇ ਲਫ਼ਜ਼ ਲੋਕਾਇੁਕਤ ਵਰਤਦੇ ਆ ਲੋਕਾਇੁਕਤ ਕੋਲ ਕੇਸ ਚਲਾ ਗਿਆ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਸਿddarmayya ਤੇ ਉਹਦੇ ਪਰਿਵਾਰ ਦੇ ਖਿਲਾਫ ਮਕਦਮਾ ਚਲਾਉਣਾ ਚਾਹੀਦਾ ਸਿੱਧਾਰਮ ਗਿਆ ਸਾਹਿਬ ਸਿੱਧੇ ਹਾਈ ਕੋਰਟ ਚਲੇ ਗਏ ਤੇ ਹਾਈ ਕੋਰਟ ਨੇ ਆਰਡਰ ਕਰਤਾ ਕਿ ਮਕਦਮਾ ਤਾਂ ਚੱਲੇਗਾ ਬਾਅਦ ਫੈਸਲਾ ਹੋਵੇਗਾ ਤੁਸੀਂ ਠੀਕ ਹੈ ਕਿ ਗਲਤ ਹੈ ਫਿਰ ਇਸੇ ਕਬਰਾਟ ਵਿੱਚ ਜਾ ਹਪੜਾ ਦਫਰੀ ਚ ਸਿੱਧਾਰਮ ਗਿਆ ਦੀ ਪਤਨੀ ਨੇ ਆਖਿਆ ਕਿ ਅਸੀਂ ਉਹ ਜ਼ਮੀਨ ਵਾਪਸ ਕਰਨ ਨੂੰ ਤਿਆਰ ਆ ਤੇ ਸਿੱਧਾਰਮ ਗਿਆ ਨੇ ਵੀ ਆਖਿਆ ਜਦੋਂ ਅਸੀਂ ਜ਼ਮੀਨ ਹੀ ਵਾਪਸ ਕਰ ਦਿੱਤੀ ਤੇ ਕੇਸ ਤਾਂ ਫਿਰ ਖਤਮ ਹੋ ਜਾਣਾ ਚਾਹੀਦਾ ਦੂਸਰੇ ਪਾਸੇ ਭਾਜਪਾ ਵਾਲੇ ਕਹਿੰਦੇ ਕੇਸ ਕਿੱਦਾਂ ਖਤਮ ਹੋ ਗਿਆ ਤੁਸੀਂ ਇੱਕ ਜੁਰਮ ਕੀਤਾ ਨਜਾਇਜ਼ ਅਲਾਟਮੈਂਟਾਂ ਕਰਾਈਆਂ ਨੇ ਇਹ ਨਜਾਇਜ਼ ਅਲਾਟਮੈਂਟਾਂ ਦਾ ਕੇਸ ਆ ਹੁਣ ਤੁਸੀਂ ਜ਼ਮੀਨ ਵਾਪਸ ਕਰੋ ਨਾ ਕਰੋ ਕੇਸ ਤਾਂ ਚੱਲੇਗਾ ਕਿਉਂਕਿ ਨਜਾਇਜ਼ ਕੰਮ ਹੋਇਆ ਉਹਨਾਂ ਦੇ ਵਿੱਚੋਂ ਇੱਕ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਨੇ ਕੱਲੇ ਦੋਸ਼ ਲਾਤਾ ਕਿ ਇਹੋ ਜੀ ਜ਼ਮੀਨ ਤੇ ਮਲਕੀਅਤ ਖੜਗੇ ਦੇ ਮੁੰਡੇ ਨੇ ਵੀ ਮਿਲੀ ਅੱਜ ਮੁੰਡੇ ਦਾ ਬਿਆਨ ਆ ਗਿਆ ਕਿ ਮੇਰੇ ਬਾਪੂ ਦੇ ਕਰਕੇ ਜਿਹੜੀ ਮੈਨੂੰ ਜ਼ਮੀਨ ਮਿਲੀ ਸੀ ਉਹਨੇ ਇਤਨੀ ਆਖਿਆ ਬਾਪੂ ਦਾ ਕਰਕੇ ਉਹਨੇ ਕਿਹਾ ਜੀ ਮੈਂ ਵਾਪਸ ਦੇਣ ਨੂੰ ਤਿਆਰ ਆ ਪਲਟ ਇਦੇ ਉੱਤੇ ਵੀ ਭਾਜਪਾ ਵਾਲੇ ਕਹਿੰਦੇ ਜੀ ਹੁਣ ਕਿੱਦਾਂ ਦੇ ਸਕਦਾ ਹੁਣ ਤੇ ਗੱਲ ਨੰਗੀ ਹਉਣ ਦੀ ਉੱਤੇ ਪਰਚਾ ਦਰਜੋ ਗੱਲ ਭਾਜਪਾ ਵਾਲੇ ਠੀਕ ਕਹਿੰਦੇ ਆ ਪਰਚਾ ਦਰਜੋ ਪਰ ਠੀਕ ਕਹਿਣ ਲੱਗਿਆ ਆਪਣੀ ਗੱਲ ਕਾ ਜਾਂਦੇ ਇਹ ਤੇ ਅਜੇ ਗੜਮਿਆਂ ਚੁੜਮੇ ਇੱਕ ਕਿਤੇ ਉਹ ਦੂਜਾ ਕਿਤੇ ਤੀਜਾ ਕਿਤੇ ਇੱਕ ਇੱਕ ਪਲਾਟ ਲੱਭਦੇ ਪਏ ਮੈਂ ਵੱਡੀ ਤਬਾਕੀਰ ਗੱਲ ਦੱਸਾਂ ਜੀ ਆਜਪਾਈ ਸਰਕਾਰ ਵੇਲੇ 200 ਤੋਂ ਵੱਧ ਪੈਟਰੋਲ ਪੰਪ ਤੇ ਗੈਸ ਏਜੰਸੀਆਂ ਭਾਜਪਾ ਦੀ ਕੇਂਦਰੀ ਸਰਕਾਰ ਨੇ ਅਲਾਟ ਕੀਤੀਆਂ ਸਨ ਜਿੰਨਾਂ ਚੋਂ ਸਾਡੇ ਪੰਜਾਬ ਦੇ ਉਸ ਵਕਤ ਦੇ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਕਈਆਂ ਹੋਰਾਂ ਦੇ ਨਾਮ ਵੀ ਆਉਂਦੇ ਸੀ ਕਈ ਸਾਧੂ ਤੇ ਸਾਧਵੀਆਂ ਨੂੰ ਜ਼ਮੀਨਾਂ ਅਲਾਟ ਹੋਈਆਂ ਸਨ ਉਹ ਸਾਰਾ ਕੁਝ ਆਜਪਾਏ ਸਰਕਾਰ ਦੇ ਵਕਤ ਹੋਇਆ ਸੀ ਤੇ ਰੌਲਾ ਪਿਆ ਗਿਆ ਕਿ ਇਹ ਸਰਕਾਰ ਤਾਂ ਕਹਿੰਦੀ ਸੀ ਸਾਡਾ ਚਾਲ ਚਰਿੱਤਰ ਤੇ ਚਿਹਰਾ ਬਾਕੀ ਸਾਰਾ ਤੋਂ ਵੱਖਰਾ ਤੇ ਇਹਨਾਂ ਨੇ ਜ਼ਮੀਨਾਂ ਕਿਦਾਂ ਅਲਾਟ ਕਰਤੀਆਂ ਇਹ ਪਹਿਲਾਂ ਇਸ ਗੱਲ ਤੇ ਅੜਦੇ ਰਿਹਾ ਕੋਈ ਗਲਤ ਨਹੀਂ ਹੋਇਆ ਕੋਈ ਗਲਤ ਨਹੀਂ ਹੋਇਆ ਕੋਈ ਗਲਤ ਨਹੀਂ ਹੈ ਫਿਰ ਮਾਮਲਾ ਸੁਪਰੀਮ ਕੋਰਟ ਚਲਾ ਗਿਆ ਜਦੋਂ ਸੁਣਵਾਈ ਹੋਈ ਤੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਕਿ ਤੁਸੀਂ ਇਹ ਕਿਤਿਆਂ ਕਿਦਾਂ ਤੇ ਪਹਿਲੀ ਪੇਸ਼ੀ ਤੇ ਫਸ ਗਿਆ ਤੇ ਫਿਰ ਬਾਜਪਾਈ ਸਰਕਾਰ ਨੇ ਫੈਸਲਾ ਕਰਕੇ ਇਹ ਮੰਨ ਕੇ ਕਿ ਸਾਰੀਆਂ ਅਲਾਟਮੈਂਟਾਂ ਗਲਤ ਹੋਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਕੈਨਸਲ ਕੀਤੀਆਂ ਸੀ 2200 ਅਲਾਟਮੈਂਟਾਂ ਉਹਦੇ ਵਿੱਚੋਂ ਜਿਹੜੀਆਂ 18 ਜਾਂ 19 ਪੰਜਾਬ ਦੀਆਂ ਸੀ ਉਹਨਾਂ ਦੀ ਲਿਸਟ ਕਿਸ ਨੂੰ ਚਾਹੀਦੀ ਹੋਵੇ ਤੇ ਅਸੀਂ ਦੇ ਦੇਵਾਂਗੇ ਤੇ ਉਹਨਾਂ 2200 ਦੇ ਵਿੱਚੋਂ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਇੱਕ ਪੈਟਰੋਲ ਪੰਪ ਇਹੋ ਜਿਹਾ అలਰਟ ਹੋਇਆ ਸੀ ਜਿਹਦੇ ਜਿਹਨੂੰ అలਰਟ ਕੀਤਾ ਗਿਆ ਉਹਨੇ ਆਪਣੇ ਘਰ ਦਾ ਐਡਰੈਸ ਲਖਨਊ ਦੇ ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰੈਜ਼ਿਡੈਂਸ ਦਾ ਲਿਖਿਆ ਸੀ ਪ੍ਰਧਾਨ ਮੰਤਰੀ ਦੇ ਆਪਣੇ ਘਰ ਦੇ ਐਡਰੈਸ ਦੇ ਉੱਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਨੂੰ ਪੈਟਰੋਲ ਪੰਪ అలਰਟ ਹੋ ਗਿਆ ਪਰ ਚਾਹੀਤੇ ਫਿਰ ਦਰਜ ਹੋਣਾ ਚਾਹੀਦਾ ਸੀ ਉਹਨਾ 2200 ਦੇ ਵਿੱਚੋਂ ਕਿਸੇ ਇੱਕ ਕੇਸ ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹ ਕਹਤਾਂ ਕਿ ਸਾਰੇ ਗਲਤ ਹੋਏ ਨੇ ਗਲਤ ਕਰਕੇ ਉਹਨਾ ਵਾਪਸ ਕਰਤੇ ਸੀ ਜਿਉਂ ਉਹਨੇ ਵਾਪਸ ਕਰ ਦਿੱਤੇ ਇਹ ਵੀ ਕਰ ਦੇਣਗੇ ਤੇ ਜੇ ਕੱਢ ਨਹੀਂ ਆ ਤੇ ਚੋਰੀ ਕੱਖ ਦੀ ਵੀ ਲੱਖ ਦੀ ਵੀ ਇਹਨਾਂ ਦੇ ਦੋ ਦੋ ਚਾਰ ਚਾਰ ਪਲਾਟ ਕਿਸੇ ਦੇ ਵੱਧ ਕਿਸੇ ਦੇ ਘਟਿਆ ਤੇ 2200 ਸੀਗੇ ਔਰ ਉਹਨਾਂ ਨੂੰ ਕਈਆਂ ਨੂੰ ਪੈਟਰੋਲ ਪੰਪਾਂ ਨੂੰ ਚਲਦਿਆਂ ਨੂੰ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਸੀ ਜਦ ਰੋਣਾ ਪਿਆ ਤੇ ਸੁਪਰੀਮ ਕੋਰਟ ਦਾ ਉਹ ਨੋਟਿਸ ਆਉਣ ਤੋਂ ਬਾਅਦ ਬਾਜਪਾ ਸਰਕਾਰ ਨੇ ਰੱਦ ਕੀਤੇ ਅੱਜ ਕੱਲ ਪਰਸੋ ਦੀਆਂ ਗੱਲਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਚ ਸਰਕਾਰੀ ਬੰਗਲਾ ਛੱਡਿਆ ਉਹਨੇ ਆਖਿਆ ਮੈਂ ਆਪਣੀ ਪਾਰਟੀ ਦੀ ਇੱਕ ਐਮਪੀ ਦੇ ਸਰਕਾਰੀ ਘਰ ਚ ਰਹਿ ਲੂੰਗਾ ਕਹਿੰਦੇ ਜੀ ਉਹ ਘਰ ਉਹਨੂੰ ਅਲਾਟ ਹੋਇਆ ਰਹਿ ਨਹੀਂ ਸਕਦਾ ਬਿਲਕੁਲ ਨਹੀਂ ਰਹਿ ਸਕਦਾ 2014 ਚ ਜਦ ਨਰਿੰਦਰ ਮੋਦੀ ਸਰਕਾਰ ਬਣੀ ਕੇਂਦਰ ਚ ਮਨੋਰ لال ਖੱਤਰ ਸਰਕਾਰ ਬਣੀ ਹਰਿਆਣੇ ਚ ਉਹਨਾਂ ਦਿਨਾਂ ਚ ਚੰਡੀਗੜ੍ਹ ਚ ਇੱਕ ਸੀਨੀਅਰ ਅਫਸਰ ਦੀ ਕੁੜੀਦਾਰ ਅੱਧੀ ਰਾਤ ਨੂੰ ਪਛਾ ਕੀਤਾ ਸੀ ਇੱਕ ਭਾਜਪਾ ਦੇ ਲੀਡਰ ਨੇ ਹਰਿਆਣੇ ਦੇ ਬਹੁਤ ਸੀਨੀਅਰ ਲੀਡਰ ਨੇ ਤੇ ਉਸ ਲੀਡਰ ਦਾ ਮੁੰਡਾ ਜਿਹੜਾ ਉਹ ਇੱਕ ਖਰਮਸਤੀ ਕਰਦਾ ਸੀ ਜਦੋਂ ਉਹਦਾ ਐਡਰੈਸ ਪਤਾ ਕੀਤਾ ਤੇ ਉਹ ਭਾਜਪਾ ਦੇ ਇੱਕ ਮੰਤਰੀ ਦੇ ਘਰ ਦਾ ਸੀ ਉਹ ਭਾਜਪਾ ਦਾ ਸੀਨੀਅਰ ਲੀਡਰ ਮੰਤਰੀ ਦੇ ਨਾਂ ਤੇ ਲਾਟੋਏ ਕੋਠੀ 'ਚ ਇੱਥੇ ਚੰਡੀਗੜ੍ਹ 'ਚ ਕਿਦਾਂ ਰਹਿੰਦਾ ਸੀ ਇਦਾਂ ਦੀਆਂ ਗੱਲਾਂ ਜੇ ਕੱਢਣ ਲੱਗ ਪਈਏ ਕਾਂਗਰਸੀਆਂ ਦੀਆਂ ਵੀ ਬਹੁਤ ਨਿਕਲਦੀਆਂ ਭਾਜਪਾ ਵਾਲਿਆਂ ਦੀਆਂ ਵੀ ਦੂਸਰੇ ਦੇ ਕੀੜੇ ਘਟਨੇ ਨੁਕਸ ਗਣਾਉਣੇ ਬਹੁਤ ਸੌਖੇ ਹੁੰਦੇ ਆ ਪਰ ਜੇ ਕਰਨੇ ਆ ਤੇ ਫਿਰ ਪਬਲਿਕ ਤਾਂ ਖੁਸ਼ ਹੋਏਗੀ ਸਿੱਧਾਰ ਮਈਆਵਲ ਵੀ ਸਿੱਧੇ ਹੋ ਜਾਓ ਮਲਕਰਜਨ ਖੜਗੇ ਨੂੰ ਵੀ ਤੁਸੀਂ ਘੇਰ ਲਓ ਪਰ ਨਾਲ ਆਪਣੇ ਵਾਲਿਆਂ ਦਾ ਵੀ ਜੋ ਕੋ ਜਗਾ ਉਹ ਲੇਖਾ ਅੱਜ ਨਹੀਂ ਕੱਲ ਸਹੀਂ ਉੱਥੇ ਬਰਾਬਰ ਤੇ ਜਾ ਕੇ ਦੇਣਾ ਪੈ ਸਕਦਾ ਪੰਸਾਬ ਹੁਣ ਗੱਲ ਬਾਬਾ ਸਦੀਕੀ ਹੋਰਾਂ ਦੀ ਕਰ ਰਹੀਆਂ ਜਿਨ੍ਹਾਂ ਦਾ ਕੱਲ ਕਤਲ ਕਰ ਦਿੱਤਾ ਗਿਆ ਗੈਂਗਸਟਰਾਂ ਦਾ ਹੱਥ ਦੱਸਿਆ ਜਾ ਰਿਹਾ ਇਸ ਕਤਲ ਦੇ ਪਿੱਛੇ ਪਰਿਵਾਰ ਸਦਮੇ 'ਚ ਹੈ ਤੇ ਸਿਆਸਤ ਵੀ ਬੜੇ ਵੱਡੇ ਪੱਦਰ ਤੇ ਹੋ ਰਹੀ ਹੈ ਇਸ ਬਾਰੇ ਕੀ ਕਹੋਗੇ ਦੇਖੋ ਬਾਬਾ ਸਦਕੇ ਮਹਾਰਾਸ਼ਟਰ ਦਾ ਸਾਬਕਾ ਮੰਤਰੀ ਹੈ ਸੀਨੀਅਰ ਲੀਡਰ ਸ਼ਰਦ ਪੁਆਰ ਦੇ ਭਤੀਜੇ ਅਜੀਤ ਪੁਆਰ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਨਰੋਂ ਵੱਖਰੀ ਐਨਸੀਪੀ ਜਿਹੜੀ ਬਣਾਈ ਆ ਇਹ ਉਹਦੇ ਚ ਸ਼ਾਮਿਲ ਸੀ ਇਹ ਬੰਦਾ ਇੰਨਾ ਢੱਲੇਦਾਰ ਸੀ ਕਿ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੋਵੇਂ ਖਾਨਾ ਦਾ ਝਗੜਾ ਉਹ ਖਾਨਾ ਜੰਗੀ ਬਹੁਤ ਵੱਧ ਚੁੱਕੀ ਸੀ ਉਹਨਾਂ ਦਾ ਸਮਝੌਤਾ ਵੀ ਇਹਨੇ ਕਰਾਇਆ ਸੀ ਕਿਉਂਕਿ ਦੋਵਾਂ ਦੇ ਉੱਤੇ ਇਹਦਾ ਅਸਰ ਸੀ ਮਹਾਰਾਜਟਰ ਦੀ ਰਾਜਨੀਤੀ ਵਿੱਚ ਵੀ ਇਹਦਾ ਅਸਰ ਸੀ ਮਹਾਰਾਸ਼ਟਰ ਦੀ ਰਾਜਨੀਤੀ ਤੇ ਇਕਨੋਮੀ ਤੇ ਸਾਰੇ ਕੋਈ ਦੇ ਉੱਤੇ ਅਸਰ ਸੀ ਉਸ ਬੰਦੇ ਦਾ ਕਤਲ ਹੋ ਗਿਆ ਕਤਲ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਉਹਦੀ ਜ਼ਿੰਮੇਵਾਰੀ ਲੈ ਲਈ ਤੇ ਨਾਲ ਹੀ ਸਲਮਾਨ ਖਾਨ ਨੂੰ ਧਮਕੀ ਦਿੱਤੀ ਐ ਤੂੰ ਜਿੱਥੇ ਭੱਜਣਾ ਭੱਜਲਾ ਉਹ ਧਮਕੀਆਂ ਖੁੱਲੇ ਤੌਰ ਤੇ ਦੇ ਰਿਆ ਜੇ ਤਾਂ ਉਹਦੇ ਕਾਰੇ ਇੱਥੇ ਪੰਜਾਬ ਵਿੱਚ ਹੋਣ ਉਹ ਇੱਥੇ ਫਿਰਦਾ ਇੱਥੇ ਧਮਕੀਆਂ ਦਿੰਦਾ ਉਦੋਂ ਤੇ ਮੁੱਦਾ ਭਾਜਪਾ ਚੁੱਕਦੀ ਹੈ ਪਰ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਤੇ ਅਜੀਤ ਪੁਆਰ ਦੀ ਤੇ ਏਕਨਾਥ ਛਿੰਦੇ ਦੀ ਤੇ ਕੁਝ ਹੋਰ ਛਿੰਦੇ ਜੇ ਲੋਕਾਂ ਦੀ ਸਾਂਝੀ ਸਰਕਾਰ ਚੱਲਦੀ ਆ ਉੱਥੇ ਵੀ ਇਹ ਗੈਂਗਸਟਰ ਇਹੋ ਕੁਝ ਕਰਦੇ ਪਿਆ ਮਹਾਰਾਸ਼ਟਰ ਚ ਬਾਕੀ ਥਾਵਾਂ ਤੇ ਵੀ ਉਹਨੂੰ ਕੌਣ ਵੇਖੇਗਾ ਇਹ ਅੱਜ ਹੀ ਦੋ ਵੀਡੀਓ ਤੁਰੀਆਂ ਫਿਰਦੀਆਂ ਇੱਕ ਮੱਧ ਪ੍ਰਦੇਸ਼ ਦੀ ਉੱਥੇ ਭਾਜਪਾ ਦੇ ਇੱਕ ਸੀਨੀਅਰ ਲੀਡਰ ਦੇ ਪੁੱਤਰ ਨੇ ਪੁਲਿਸ ਵਾਲੇ ਨਾਲ ਬਹੁਤ ਬਦਤਮੀਜ਼ੀ ਕੀਤੀ ਐ ਤੇ ਇੱਕ ਕਰਨਾਟਕ ਦੇ ਵਿੱਚ ਗਵਰਨਰ ਭਾਜਪਾ ਆਗੂ ਦੇ ਪੁੱਤਰ ਨੇ ਉਹ ਕੁਝ ਕਰ ਦਿੱਤੀ ਐ ਇਹ ਸਾਰੇ ਦੇਸ਼ ਜਿਹੜੀ ਗੁੰਡਾਗਰਦੀ ਖਿਲਰਦੀ ਜਾ ਰਹੀ ਐ ਅੱਜ ਬਾਬਾ ਸਦੀਕੀ ਦਾ ਕਤਲ ਹੋਇਆ ਭਲਕੇ ਕਿਸੇ ਹੋਰ ਦਾ ਹੋ ਜਾਏਗਾ ਪਰਸੋਂ ਕਿਸੇ ਹੋਰ ਦਾ ਹੋਵੇਗਾ ਸਾਰੇ ਦੇਸ਼ ਦੇ ਵਿੱਚ ਗੈਂਗਸਟਰ ਜਿਹੜੇ ਉਹ ਭਾਰੂ ਹੁੰਦੇ ਜਾ ਰਹੇ ਐ ਤੇ ਕੱਲੇ ਇੱਥੇ ਨਹੀਂ ਕੋਈ ਵਕਤ ਸੀ ਗੈਂਗਸਟਰ ਜ਼ਿਲ੍ਹਿਆਂ ਤੱਕ ਸੀਮਤ ਹੁੰਦੇ ਸੀ ਪਰ ਸੂਬੇ ਤੋਂ ਅੱਜ ਕੱਲ੍ਹ ਸੂਬੇ ਤੋਂ ਇੰਟਰ ਸਟੇਟ ਯਾਨੀ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਿਹਨੂੰ ਅੰਤਰਰਾਜੀ ਕਹਿੰਦੇ ਉਹ ਨਹੀਂ ਇੰਟਰਨੈਸ਼ਨਲ ਹੋ ਗਿਆ ਉਹ ਗੈਂਗ ਇੱਥੇ ਕਾਰਵਾਈਆਂ ਕਰਦਾ ਉਹ ਧਮਕੀਆਂ ਦੇ ਕੇ ਅਮਰੀਕਾ ਤੇ ਕੈਨੇਡਾ ਚ ਲੋਕਾਂ ਤੋਂ ਪੈਸੇ ਲੈਂਦਾ ਉਹ ਗੈਂਗ ਉੱਥੇ ਕਤਲ ਕਰਦਾ ਕਰਾਉਂਦਾ ਇਹ ਗੈਂਗ ਜਿਹੜੇ ਇੰਗਲੈਂਡ ਵਿੱਚ ਵੀ ਇਹੋ ਜਿਹੇ ਕਤਲ ਕਰਦੇ ਕਰਾਉਂਦੇ ਆ ਇਹ ਜਿਹੜੇ ਇੰਟਰਨੈਸ਼ਨਲ ਗੈਂਗ ਆ ਇਹਨਾਂ ਨੂੰ ਨਾ ਪੰਜਾਬ ਦੀ ਸਰਕਾਰ ਇਕੱਲੀ ਹੱਥ ਪਾ ਸਕਦੀ ਨਾ ਮਹਾਰਾਸ਼ਟਰ ਦੀ ਨਾ ਕਿਸੇ ਹੋਰ ਸੂਬੇ ਦੀ ਇਹਨਾਂ ਸਾਰੇ ਸੂਬਿਆਂ ਤੇ ਉੱਪਰ ਉੱਠ ਕੇ ਜੇ ਕਾਰਵਾਈ ਕਰਨੀ ਤੇ ਪਾਰਸ ਸਰਕਾਰ ਨੂੰ ਕਰਨੀ ਪਵੇਗੀ। ਕੱਚੇ ਹੱਥੀ ਗੱਲ ਨਹੀਂ ਬਣਨੀ, ਕੁਝ ਸ਼ਕਤੀ ਨਾਲ ਸਜਣਾ ਪਏਗਾ। ਦੇਸ਼ ਦੇ ਲੋਕ ਜਾਨ ਤੇ ਮਾਲ ਦੋਵਾਂ ਦੀ ਰਾਖੀ ਮੰਗਦੇ ਆ। ਜੇ ਅੱਡੇ ਅੱਡੇ ਸਾਬਕਾ ਮੰਤਰੀਆਂ ਤੱਕ ਦੇ ਕਤਲ ਹੋਣਦੇ ਆ ਤੇ ਫਿਰ ਆਮ ਆਦਮੀ ਦੀ ਰਾਖੀ ਕੌਣ ਕਰੇਗਾ? ਮਨ ਸਾਹਿਬ ਦੋ ਗੱਲਾਂ ਚਿੰਤਾ ਚ ਬਣੀਆਂ ਹੋਈਆਂ ਨੇ। ਪਹਿਲਾਂ ਤਾਂ ਜਿਹੜੀ ਕਾਰ ਨਹਿਰ ਚ ਡਿੱਗੀ ਹੈ ਉਸ ਨਾਲ 8 ਮੌਤਾਂ ਹੋ ਗਈਆਂ ਤੇ ਦੂਜਾ ਪੰਚਕੁਲਾ ਦੇ ਵਿੱਚ ਇੱਕ ਬੰਦੇ ਨੂੰ ਕੁੱਟ-ਕੁੱਟ ਕੇ ਮਾਰਤਾ ਇਸ ਬਾਰੇ ਕੀ ਕਹੂੰਗੇ ਦੋਵਾਂ ਗੱਲਾਂ ਨੇ ਮਨ ਦੁਖੀ ਕੀਤਾ ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ 8 ਮੌਤਾਂ ਹੋਈਆਂ ਮੇਰੀ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਹੈ ਦੂਜਾ ਇਹ ਕਿ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਲੋਕ ਅਜੇ ਤੱਕ ਨਿਯਮਾਂ ਕਾਨੂੰਨਾਂ ਦੀ ਵੀ ਪਾਲਣਾ ਨਹੀਂ ਕਰਦੇ ਹੋਰ ਤਾਂ ਕੀ ਹੈ ਗੱਡੀਆਂ ਦਾ ਵੀ ਅੰਤ ਲੈਂਦੇ ਇਹ ਛੋਟੀ ਜੀ ਕਾਰ ਸੀ 4 ਸਵਾਰੀਆਂ ਵਾਲੀ ਇੱਥੇ ਕਿੰਨੀਆਂ ਸਵਾਰੀਆਂ ਬੈਠੀਆਂ ਸਨ ਕਦੇ ਕਿਸੇ ਨੇ ਵੇਖਿਆ ਨੌ ਸਵਾਰੀਆਂ ਸਨ ਮੁੰਡਾ ਡਰਾਈਵਰ ਉਹਦੇ ਦਾਦੀ ਦਾਦੀ ਦੀਆਂ ਦੋ ਨੋਹਾਂ ਤਿੰਨ ਕੁੜੀਆਂ ਨਾਲ ਸਨ ਜਿਹੜੀਆਂ ਅਡਲਟ ਦੇ ਨੇੜੇ ਤੜੇ 12 14 16 ਸਾਲ ਦੀਆਂ ਦੋ ਬੱਚੀਆਂ ਸਨ ਇੰਨੇ ਲੋਕ ਉਸ ਕਾਰ 'ਚ ਬੈਠੇ ਕਿੱਦਾਂ ਅੱਗੇ ਕਰੀ ਖੇਮ ਕਰਦੇ ਲੱਗੇ ਜਿਹੜੀ ਫੌਜੀਆ ਵਾਲੀ ਡਰੇਨ ਹੈ ਉਹਦੇ ਉੱਤੇ ਸਵੇਰ ਦੇ ਟਾਈਮ ਗੱਡੀ ਜਾਂਦੀ ਇਦਾਂ ਡਰੇਨ 'ਚ ਡਿੱਗ ਪਈ 10 12 ਸਾਲ ਹੋ ਗਏ ਉਹ ਡਰੇਨ ਦੇ ਉੱਤੇ ਓਖੜ ਬੈੜਾ ਜਾਂ ਰਾਵ ਵਾ ਵਿੰਗਾ ਟਿੱਡਾ ਜਾਂ ਵਿੱਚ ਟੁਇਟ ਐ ਵੀ ਆਉਂਦੇ ਨੇ ਤੇ ਉਸ ਕਾਰ ਦੇ ਵਿੱਚ ਸ਼ਾਇਦ 8 ਕੇ 9 ਸਵਾਰੀਆਂ ਸੰਤ ਕਾਰ ਚੋਂ ਜਣਿਆਂ ਵਾਲੀ ਸੀ ਅਸੀਂ ਮੋਟਰਸਾਈਕਲਾਂ ਤੇ ਰੋਜ਼ ਚਾਰ ਚਾਰ ਜਣੇ ਚੜੇ ਜਾਂਦੇ ਵੀ ਵੇਖਿਆ ਕੋਈ ਰੋਕਣ ਵਾਲਾ ਹੈਗਾ ਕਿਸੇ ਕਾਲਜ ਦੇ ਲਾਗੇ ਚੱਲ ਜਾਓ ਤੁਹਾਨੂੰ ਇਹ ਮਿਲ ਜਾਣਗੇ ਦੂਜੀ ਘਟਨਾ ਪੰਜ ਕੁਲੇ ਦੀ ਹੈ ਇੱਕ ਈ ਰਿਕਸ਼ਾ ਜਾਂਦਾ ਸੀ ਉਹਨੂੰ ਈ ਰਿਕਸ਼ੇ ਵਾਲੇ ਨੂੰ ਟਰੱਕ ਸਾਈਡ ਮਾਰ ਗਿਆ ਈ ਰਿਕਸ਼ੇ ਵਾਲੇ ਨੇ ਆਪਣੇ ਇੱਕ ਸਾਥੀ ਨੂੰ ਫੋਨ ਕਰਕੇ ਸੱਦਿਆ ਉਹ ਆਇਆ ਭੱਜ ਕੇ ਉਹਨੇ ਚ ਇਹਨੂੰ ਡਰਾਈਵਰ ਟਰੱਕ ਦਾ ਭੱਜ ਗਿਆ ਉਹਦਾ ਸਾਥੀ ਆਇਆ ਸੀ ਉਹ ਟਰੱਕ ਨੂੰ ਵੇਖਣ ਆਇਆ ਸੀ ਭੀੜ ਨੇ ਸਮਝਿਆ ਕਿ ਇਹ ਉਸ ਟਰੱਕ ਦਾ ਡਰਾਈਵਰ ਆ ਜਿਹੜੇ ਟਰੱਕ ਨੇ ਸਾਈਡ ਵਾਰੀ ਆ ਉਹ ਆਪਣੇ ਸਾਥੀ ਦੀ ਮਦਦ ਕਰਨ ਆਇਆ ਸੀ ਭੀੜ ਨੇ ਉਸੇ ਨੂੰ ਕੁੱਟ-ਕੁੱਟ ਕੇ ਮਾਰਤਾ ਤੇ ਟਰੱਕ ਵਾਲਾ ਪਤਾ ਨਹੀਂ ਕਿੱਥੇ ਇਹਦਾ ਮਤਲਬ ਭਾਰਤ ਵਿੱਚ ਬੇਵਕੂਫਾ ਦੀ ਭੀੜ ਤੁਰੀ ਫਿਰਦੀ ਆ ਇਹ ਵੀ ਨਹੀਂ ਇਹਦੇ ਬੰਦਾ ਕੌਣ ਆ ਕੌਣ ਨਹੀਂ ਇਹਨਾਂ ਨੂੰ ਇਹ ਠਣੇਦਾਰੀ ਕਰਨ ਦਾ ਹੱਕ ਕਿਨੇ ਦਿੱਤਾ ਇਹ ਵੀਡੀਓ ਤੋਂ ਪਛਾਣ ਕੇ ਜਿੰਨੇ ਇਹੋ ਜੇ ਬੇਵਕੂਫ ਹਉਤੇ ਸੀ ਜਿਨ੍ਹਾਂ ਕੁੱਟ-ਕੁੱਟ ਕੇ ਬੰਦਾ ਮਾਰ ਦਿੱਤਾ ਉਹਨਾਂ ਸਾਰਿਆਂ ਦੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਅੱਗੇ ਤੋਂ ਕਾਨੂੰਨ ਬਣਨਾ ਚਾਹੀਦਾ ਕਿ ਭੀੜ ਤੰਤਰ ਅਜਿਆ ਪਿਛਲੇ ਹਫਤੇ ਦੀ ਗੱਲ ਸਾਡੇ ਪੰਜਾਬ ਦੀ ਇੱਕ ਅਦਾਲਤ ਨੇ ਫੈਸਲਾ ਦਿੱਤਾ ਕਿ 60 ਭਾਵੇਂ ਕੋਈ ਮਾਰੇ ਕਤਲ ਕਿਸ ਦੇ ਹੱਥੋਂ ਹੋਵੇ ਜਿੰਨੇ ਲੋਕ ਉਸ ਭੀੜ ਤੇ ਜਿੰਨੇ ਲੋਕ ਉਸ ਧਾੜ ਚ ਸ਼ਾਮਲ ਆ ਸਾਰਿਆਂ ਨੂੰ ਬਰਾਬਰ ਦੀ ਸਜ਼ਾ ਮਿਲੂਗੀ ਇਹਨਾਂ ਸਾਰਿਆਂ ਨੂੰ ਉਮਰ ਕੈਦ ਕਰ ਦੇਣੀ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਕਰਨ ਹੋ ਜੇ ਜੀ ਬਿਲਕੁਲ ਹਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਪੰਸਾਬ ਤੁਸੀਂ ਆਏ ਤੇ ਖਬਰਾਂ ਤੇ ਚਰਚਾ ਕੀਤੀ ਜੀ ਬਹੁਤ ਮਿਹਰਬਾਨੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਤੇ ਇੱਕ ਤਰ੍ਹਾਂ ਹੋਪ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ